ਕਿਵੇਂ ਇਸ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੇ ਕਿਵੇਂ ਝੂਠ ਬੋਲ ਕੇ ਸਰਕਾਰ ਬਣਾਈ, ਕਿਵੇਂ ਧੋਖਾ ਦਿੱਤਾ ਪੰਜਾਬੀਆਂ ਨੂੰ। ਇਹ ਤੋਂ ਮਾੜਾ ਮੁੱਖ ਮੰਤਰੀ, ਨਲਾਇਕ ਮੁੱਖ ਮੰਤਰੀ, ਨਿਖਿੱਧ ਮੁੱਖ ਮੰਤਰੀ ਅੱਜ ਤੱਕ ਪੰਜਾਬ 'ਚ ਨਹੀਂ ਹੋਇਆ। ਕਿਵੇਂ ਨੌਜਵਾਨਾਂ ਨੂੰ ਬਰਬਾਦ ਕੀਤਾ, ਪੰਜਾਬ ਵਿੱਚ ਡਰੱਗ ਮਾਫੀਆ ਪੈਦਾ ਹੋਇਆ, ਕਿਵੇਂ ਪੰਜਾਬ ਵਿੱਚ ਰੇਤ ਮਾਫੀਆ ਪੈਦਾ ਹੋਇਆ, ਕਿਵੇਂ ਇਹਨਾਂ ਦੇ ਮੰਤਰੀ ਬਲਬੀਰ ਸਿੱਧੂ ਨੇ ਆਪਣੇ ਜ਼ਮੀਨਾਂ ਦੇ ਘਪਲੇ ਕੀਤੇ, ਡਰੱਗਸ ਦੀਆਂ ਜਿਹੜੀਆਂ ਦਵਾਈਆਂ ਸੀ ਉਹਦੇ ਵੱਡਾ ਸਕੈਮ ਕੀਤਾ, ਗਰੀਬ ਬੱਚਿਆਂ ਦੀ ਪੜ੍ਹਾਈ ਦੀ ਸਕਾਲਰਸ਼ਿਪ ਸਕੈਮ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ 4.5 ਸਾਲ ਚ ਪੰਜਾਬ ਨੂੰ ਬਰਬਾਦ ਕਰ ਦਿੱਤਾ, ਜਿਹਨੇ ਗੁਟਕਾ ਸਾਹਿਬ ਦੀ ਝੂਠੀ ਸੌਂ ਖਾ ਕੇ ਲੋਕਾਂ ਨੂੰ ਵੋਟਾਂ ਹਾਸਿਲ ਕੀਤੀਆਂ, ਲੋਕਾਂ ਦੀ ਭਾਵਨਾ ਨਾਲ ਖੇਡ ਕੇ ਵੋਟਾਂ ਹਾਸਿਲ ਕੀਤੀਆਂ, ਘਰ ਘਰ ਨੌਕਰੀ, ਕਰਜ਼ਾ ਮਾਫ, ਆ ਜਿਹੜੇ ਡਰੱਗ ਖਤਮ ਕਰਨਾ, ਮੋਬਾਈਲ ਫੋਨ ਦੇਣੇ, ਵੱਡੀ ਲਿਸਟ ਹੈ। ਭਗਵੰਤ ਮਾਨ ਨੇ ਆਪਣੀ ਮਾਂ ਦੀ ਝੂਠੀ ਸੌਂ ਖਾਧੀ ਕਿ ਅੱਜ ਤੋਂ ਬਾਅਦ ਮੈਂ ਸ਼ਰਾਬ ਪੀਣੀ ਬੰਦ ਕਰ ਦੂੰਗਾ, ਅੱਜ ਤੱਕ ਰੋਜ਼ ਬੋਤਲ ਸ਼ਰਾਬ ਦੀ ਪੀ ਕੇ ਟੱਲੀ ਹੁੰਦਾ। ਝੂਠੀ ਸੌਂ ਖਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ। ਸਾਡੇ 4 ਸਾਲ ਹੋ ਗਏ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੂੰ ਬਣੇ। ਸ਼੍ਰੋਮਣੀ ਅਕਾਲੀ ਦਲ ਅੱਜ ਇੱਕ ਡਿਟੇਲਡ ਚਾਰਜਸ਼ੀਟ ਇਸ ਸਰਕਾਰ ਨੇ ਜੋ ਕਰਤੂਤਾਂ ਇਸ ਸਰਕਾਰ ਦੀਆਂ, ਕਿਵੇਂ ਇਸ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੇ ਕਿਵੇਂ ਝੂਠ ਬੋਲ ਕੇ ਸਰਕਾਰ ਬਣਾਈ, ਕਿਵੇਂ ਧੋਖਾ ਦਿੱਤਾ ਪੰਜਾਬੀਆਂ ਨੂੰ, ਕਿਵੇਂ ਨੌਜਵਾਨਾਂ ਨੂੰ ਬਰਬਾਦ ਕੀਤਾ, ਕਿਵੇਂ ਪੰਜਾਬ ਵਿੱਚ ਡਰੱਗ ਮਾਫੀਆ ਪੈਦਾ ਹੋਇਆ, ਕਿਵੇਂ ਪੰਜਾਬ ਵਿੱਚ ਰੇਤ ਮਾਫੀਆ ਪੈਦਾ ਹੋਇਆ, ਕਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਪੇਟਨੇ ਥੱਲੇ, ਅੱਖਾਂ ਥੱਲੇ, ਕਿਵੇਂ ਇਹਨਾਂ ਦੇ ਮੰਤਰੀਆਂ ਨੇ ਲਿਕਰ ਸਕੈਮ ਕੀਤੇ, ਕਿਵੇਂ ਇਹਨਾਂ ਦੇ ਮੰਤਰੀ ਬਲਬੀਰ ਸਿੱਧੂ ਨੇ ਆਪਣੇ ਜ਼ਮੀਨਾਂ ਦੇ ਘਪਲੇ ਕੀਤੇ, ਡਰੱਗਸ ਦੀਆਂ ਜਿਹੜੀਆਂ ਦਵਾਈਆਂ ਸੀ ਉਹਦੇ ਵੱਡਾ ਸਕੈਮ ਕੀਤਾ, ਕਿਵੇਂ ਧਰਮਸੋਧ ਨੇ ਗਰੀਬ ਬੱਚਿਆਂ ਦੀ ਪੜ੍ਹਾਈ ਦੀ ਸਕਾਲਰਸ਼ਿਪ ਸਕੈਮ ਕੀਤਾ, ਕਿਵੇਂ ਇੰਡਸਟਰੀ ਮਿਨਿਸਟਰ ਸ਼ਾਮ ਸੁੰਦਰ ਅਰੋੜਾ ਨੇ JCT ਜ਼ਮੀਨ ਵੇਚ ਕੇ 400 ਕਰੋੜ ਰੁਪਏ ਦਾ ਘਪਲਾ ਕੀਤਾ, ਕਿਵੇਂ ਆਸ਼ੂ ਨੇ ਆਪਣੀ ਕਣਕ ਤੇ ਝੋਨੇ ਦੇ ਸਕੈਮ ਕੀਤੇ। ਇੱਕ ਬਹੁਤ ਵੱਡੀ ਚਾਰਜਸ਼ੀਟ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਹੈ। ਇਸ ਚਾਰਜਸ਼ੀਟ ਨੂੰ ਪੰਜਾਬ ਦੇ ਹਰ ਘਰ ਵਿੱਚ ਪਹੁੰਚਾਇਆ ਜਾਊਗਾ, ਹਰ ਸ਼ਹਿਰ ਵਿੱਚ ਪਹੁੰਚਾਇਆ ਜਾਊਗਾ, ਵਾਰਡ ਪਿੰਡਾਂ ਵਿੱਚ ਇਸ ਚਾਰਜਸ਼ੀਟ ਨੂੰ ਪਹੁੰਚਾਇਆ ਜਾਊਗਾ। ਕੈਪਟਨ ਅਮਰਿੰਦਰ ਸਿੰਘ ਨੇ 4.5 ਸਾਲ ਚ ਪੰਜਾਬ ਨੂੰ ਬਰਬਾਦ ਕਰ ਦਿੱਤਾ। ਇੱਕੋ ਇੱਕ ਮੁੱਖ ਮੰਤਰੀ ਹੈ ਪੰਜਾਬ ਦੇ ਇਤਿਹਾਸ ਵੀ ਲੈ ਲਓ ਜਾਂ ਹਿੰਦੁਸਤਾਨ ਦੇ ਇਤਿਹਾਸ ਵਿੱਚ, ਜਿਹੜਾ ਆਪਣੇ ਘਰੋਂ ਨਿਕਲਿਆ ਨਹੀਂ, ਦਫ਼ਤਰ ਗਿਆ ਨਹੀਂ, MLA ਮੰਤਰੀਆਂ ਨੂੰ ਮਿਲਿਆ ਨਹੀਂ, ਪੰਜਾਬ ਦੀ ਜਨਤਾ ਦੇ ਦੁੱਖ ਦਰਦ ਸੁਣੇ ਨਹੀਂ, ਜਿਹੜੇ ਲੋਕ ਮਿਲਣਾ ਚਾਹੁੰਦੇ ਸੀ ਉਹਨਾਂ ਨੂੰ ਡਾਂਗਾਂ ਨਾਲ ਮਾਰ ਕੇ ਭਜਾਇਆ। ਇਹ ਤੋਂ ਮਾੜਾ ਮੁੱਖ ਮੰਤਰੀ, ਨਲਾਇਕ ਮੁੱਖ ਮੰਤਰੀ, ਨਿਖਿੱਧ ਮੁੱਖ ਮੰਤਰੀ ਅੱਜ ਤੱਕ ਪੰਜਾਬ 'ਚ ਨਹੀਂ ਹੋਇਆ। ਇਸ ਮੁੱਖ ਮੰਤਰੀ ਦੀ, ਇਸ ਸਰਕਾਰ ਦਾ ਇੱਕੋ ਇੱਕ ਕੰਮ ਰਿਹਾ, ਲੁੱਟਣਾ, ਪੈਸਾ ਇਕੱਠਾ ਕਰਨਾ। ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਅਤੇ ਉਹਦੇ ਸਾਥੀਆਂ ਨੇ ਪੰਜਾਬ ਨੂੰ ਲੁੱਟਿਆ, ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ,
खजाना खाली नहीं हुंदा, खजाना खाली इन्हां लुटेरियां ने कीता है। डिवेलपमेंट की तो गल ही छड़ दिओ, लोकां ते वर्करां ते आम जनता ते झूठे परचे दे के लोकां नूं घरों पजाया। अज पंजाब विच गैंगस्टर राज कर रहे हैं, अज पंजाब दे पिंडां शहरां च रोज मैनूं टेलीफोन आउंदे है किवें गैंगस्टरां तों फरौती, गैंगस्टर टेलीफोन करके फरौती लै रहे है। ऐसे जदों जनता एसएसपीआं कोले जांदी है वो अपने हाथ खड़े करी बैठी है, पुलिस हाथ खड़े करी बैठी है, आ सारे गैंगस्टरां नूं जेलां च रख के उन्हां नूं खुली छुट्टी दित्ती है लुट्टण दी। जिहड़े इत्थों दा जेल मंत्री सुखी रंधावा, तुसीं जानदे हो किवें वड्डे वड्डे गैंगस्टरां नूं पेटनाइज कर रहे है। आ जिन्ने वड्डे गैंगस्टर है उन्हां दे तुसीं पिछोकड़ देखो, कोई ना कोई कांग्रेस ना उन्हां दा लिंक है। अज लोकां विच दहशत है पंजाब च, आ सारा कुछ जो पंजाब विच है, जो पंजाब नूं बर्बाद कीता है, वो सारा कुछ कैप्टन दी आ चार्जशीट असी बनाया। असी आ सारी चार्जशीट जनता च लैके जावांगी, जनता देखे कि उन्हां दे मुख्यमंत्री दी उन्हां दी कांग्रेस झूठी, कांग्रेस मुख्यमंत्री झूठा, उन्हें किवें पंजाब नूं बर्बाद कीता। जिंदगी विच जिन्नी मेरी सियासी जीवन है, मैं देखिया तीन लीडरां ने सौं खा के लोकां नूं अपने नाल जोड़न की कोशिश की या लोकां दा भरोसा जित्तण की कोशिश की। तीन लीडर है, पहला लीडर कैप्टन अमरिंदर सिंह जिन्हें गुटका साहब की झूठी सौं खा के लोकां नूं वोटां हासिल कीतियां, लोकां दी भावना नाल खेड के वोटां हासिल कीतियां, घर घर नौकरी, कर्जा माफ, आ जिहड़े ड्रग खत्म करना, मोबाइल फोन देने, वड्डी लिस्ट है। दूजा इंसान जिन्हें झूठी सौं खा के लोकां नूं गुमराह कीता है, भगवंत मान। तुसीं याद हो भगवंत मान ने संगरूर अपनी मां नूं स्टेज ते लिया के अपने मां दे सिर ते हथ रख के भगवंत मान ने अपनी मां दी झूठी सौं खाधी कि अज ते बाद मैं शराब पीनी बंद कर दूंगा। अज तक रोज बोतल शराब दी पी के टली हुंदा है। जिहड़ा इंसान अपनी मां नूं नहीं बख्श सकदा कि वह पंजाब की अगवाई कर सकता है, एक पार्टी आम आदमी पार्टी की अगवाई कर रहा है। तीजा इंसान जिन्हें झूठी सौं खा के लोगों नूं गुमराह किया कि अरविंद केजरीवाल, दिल्ली का मुख्यमंत्री अरविंद केजरीवाल नूं जो दिल्ली पहली बार उन्हें पार्टी बनाई, इलेक्शन चाया, लोगों ने पूछा, मीडिया ने पूछा कि जे थोड़े कोले एमएलए पूरे नहीं हुंदे कि तुसी कांग्रेस नाल मिलके सरकार करोगे बनाओगे, अपना बेटा नाल खड़ा सी, उन्हें भी अपने बेटे ते सिर ते हाथ रखिया ते सौं खाधी पूरे देशवासियों के सामने कि मैं मैनू भावें एमएलए जितन हार मैं कांग्रेस नाल मिलके सरकार नहीं बनाउणा। ते जदों इलेक्शन आया उन्हें अपने सौं तोड़ के अपने बेटे के सिर के उत्ते झूठी सौ खा खाती सी जिहड़ी नाल नाल कांग्रेस नाल मिलकर सरकार बनाई। जिहड़े लीडर गुरु की अपने गुरु की झूठी सौ खा सकते हैं, अपनी मां की झूठी सौ खा सकते हैं, अपने बेटे की सौ खा सकते हैं, वह कह जे इंसान हो। कांग्रेस पार्टी का पिछोकड़ थानू पता ही है, कांग्रेस पार्टी नू हुकम गांधी परिवार दिंदा, गांधी परिवार कौम दा पंजाब दा जो उन्हें नुकसान किया है, जो अपने पंजाबियों के उत्ते हमले किए है, जो वितकरा किया पंजाब नाल गांधी परिवार से कांग्रेस ने किया है। हुण दूजी गल आ जाओ आम आदमी पार्टी की, आम आदमी पार्टी की अगवाई केजरीवाल कर लिया, केजरीवाल भी कैप्टन अमरिंदर सिंह दे लिए ही दी चलण वाला मुख्यमंत्री है। इत्थे आउंदा
ਕਹਿੰਦਾ ਮੈਂ ਪੰਜਾਬ ਵਾਸਤੇ ਗੱਲ ਕਰਨੀ ਹੈ, ਜਦੋਂ ਪੰਜਾਬ ਦਾ ਬਾਰਡਰ ਟੱਪਦਾ ਤੇ ਉਹੀ ਕੇਜਰੀਵਾਲ ਆਪਣੀ ਦਿੱਲੀ ਦੀ ਗੱਲ ਕਰਨ ਲੱਗ ਜਾਂਦਾ। ਮੈਂ ਪੰਜਾਬੀਆਂ ਨੂੰ ਪੁੱਛਣਾ ਚਾਹੁੰਦਾ, ਕੇਜਰੀਵਾਲ ਨੇ ਦਿੱਲੀ 'ਚ ਬਿਆਨ ਦਿੱਤਾ ਐਸ ਵਾਈ ਐਲ ਕਨਾਲ ਬਣਨਾ ਚਾਹੀਦਾ, ਪੰਜਾਬ ਦਾ ਪਾਣੀ ਪੰਜਾਬ ਤੋਂ ਬਾਹਰ ਜਾਣਾ ਚਾਹੀਦਾ, ਕੀ ਤੁਸੀਂ ਸਹਿਮਤ ਹੋ? ਕੇਜਰੀਵਾਲ ਨੇ ਸੁਪਰੀਮ ਕੋਰਟ 'ਚ ਲਿਖਿਆ ਪੰਜਾਬ ਦੇ ਥਰਮਲ ਪਲਾਂਟ ਬੰਦ ਹੋਣੇ ਚਾਹੀਦੇ ਹੈ, ਬਿਜਲੀ ਪੰਜਾਬ ਦੀ ਬੰਦ ਹੋਣੀ ਚਾਹੀਦੀ ਹੈ, ਕੀ ਤੁਸੀਂ ਸਹਿਮਤ ਹੋ? ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਪਰਾਲੀ ਨੂੰ ਅੱਗ ਲਾਉਣਾ ਬੰਦ ਕਰਨ, ਨਹੀਂ ਤਾਂ ਜੇ ਨਹੀਂ ਕਰਦੇ ਇਹਨਾਂ 'ਤੇ ਕਰੋੜਾਂ ਰੁਪਏ ਦਾ ਤੁਸੀਂ ਜੁਰਮਾਨਾ ਲਾਓ, ਕੀ ਤੁਸੀਂ ਸਹਿਮਤ ਹੋ? ਮੈਂ ਕਿਸਾਨ ਵੀਰਾਂ ਨੂੰ ਕਹਿਣਾ ਚਾਹੁੰਦਾ, ਪੂਰੇ ਹਿੰਦੁਸਤਾਨ ਸਭ ਤੋਂ ਪਹਿਲੇ ਜੇ ਕਿਸੇ ਸਰਕਾਰ ਨੇ ਆਹ ਤਿੰਨੇ ਕਾਲੇ ਕਾਨੂੰਨ ਨੂੰ ਲਾਗੂ ਕੀਤਾ, ਨੋਟੀਫਾਈ ਕੀਤਾ, ਦਿੱਲੀ ਦੀ ਸਰਕਾਰ ਕੇਜਰੀਵਾਲ ਨੇ ਕੀਤਾ, ਕੀ ਤੁਸੀਂ ਸਹਿਮਤ ਹੋ? ਕੀ ਕੇਜਰੀਵਾਲ ਅਤੇ ਉਹਦੀ ਆਮ ਆਦਮੀ ਪਾਰਟੀ ਕੀ ਉਹ ਪੰਜਾਬ ਪਾਸੇ ਲੜ ਸਕੂਗੀ? ਜਦੋਂ ਮਸਲਾ ਪੰਜਾਬ ਅਤੇ ਦਿੱਲੀ ਦਾ ਹੋਇਆ ਜਾਂ ਮਸਲਾ ਪੰਜਾਬ ਅਤੇ ਕਿਸੇ ਦਾ ਹੋਇਆ, ਪੰਜਾਬ ਵਾਸਤੇ ਨਹੀਂ ਖੜਨਗੇ, ਉਹਨੇ ਆਪਣੀ ਗੱਲ ਕਰਨੀ ਹੈ, ਆਪਣੀ ਲੜਾਈ ਲੜਨੀ ਹੈ। ਦਿੱਲੀ 'ਚ ਵੀ ਲੋਕਾਂ ਨਾਲ ਝੂਠੇ ਵਾਅਦੇ ਕੀਤੇ, ਕੇਜਰੀਵਾਲ ਦੀ ਸਰਕਾਰ ਨੇ ਦਿੱਲੀ 'ਚ ਵੀ ਝੂਠੇ ਵਾਅਦੇ ਕੀਤੇ। ਤੁਸੀਂ ਦੇਖੋ, ਸਰਕਾਰ ਬਣਾਉਣ ਤੋਂ ਪਹਿਲੇ ਕੇਜਰੀਵਾਲ ਨੇ ਸਾਰੇ ਆਪਣੇ ਦਿੱਲੀ ਵਾਸੀਆਂ ਨੂੰ ਕਿਹਾ ਸੀ ਤੁਹਾਨੂੰ ਬਿਜਲੀ ਮੁਫ਼ਤ ਕਰੂੰਗਾ, ਸਰਕਾਰ ਬਣਾ ਲਈ, ਕਹਿੰਦਾ 200 ਯੂਨਿਟ ਮੁਫ਼ਤ ਕਰੂੰਗਾ। ਅੱਜ ਦਿੱਲੀ ਵਿੱਚ 200 ਯੂਨਿਟ ਮੁਫ਼ਤ ਨਹੀਂ ਹੈ, ਥੱਲੇ ਇੱਕ ਲਾਈਨ ਲਿਖੀ ਹੈ, 200 ਯੂਨਿਟ ਤੋਂ ਇੱਕ ਵੀ ਯੂਨਿਟ ਵੱਧ ਜੇ ਤੁਹਾਨੂੰ ਸਾਰੇ 200 ਦੇ ਪੈਸੇ ਦੇਣੇ ਪੈਂਦੇ ਹੈ। ਅੱਜ 90% ਦਿੱਲੀ ਦੇ ਲੋਕਾਂ ਨੂੰ ਬਿਜਲੀ ਦੇ ਬਿੱਲ ਆਉਂਦੇ ਆ, ਭਾਵੇਂ ਕਿਸੇ ਕੋਨੇ ਜਾ ਕੇ ਪੁੱਛ ਲਓ। ਮੈਂ ਦਿੱਲੀ ਦੀ ਗਲੀਆਂ 'ਚ ਮੁਹੱਲਿਆਂ ਸਾਡੇ ਪਾਰਟੀ ਹੀਰੋ ਨੇ ਪੁੱਛਿਆ, ਉਹਨਾਂ ਨੇ ਕਿਹਾ ਕਿ 200 ਯੂਨਿਟ ਤਾਂ ਕੁਛ ਵੀ ਨਹੀਂ, ਅਤੇ ਨਾਲ ਦੇ ਨਾਲ 200 ਤੋਂ ਇੱਕ ਯੂਨਿਟ, 200 ਤੋਂ 10 ਯੂਨਿਟ, 300 ਯੂਨਿਟ, 400 ਯੂਨਿਟ ਜੇ ਕਿਸੇ ਦਾ ਬਿੱਲ ਆਉਂਦਾ ਤਾਂ ਪੂਰਾ ਭਰਨਾ ਪੈਂਦਾ। ਆ ਦੇਖੋ ਕਿੱਡਾ ਵੱਡਾ ਧੋਖਾ ਕੇਜਰੀਵਾਲ ਨੇ। ਮੈਂ 2-4 ਹੀ ਗੱਲ ਕਰੂੰਗਾ ਕਿਵੇਂ ਝੂਠ ਬੋਲਿਆ ਦਿੱਲੀ ਦੇ ਲੋਕਾਂ ਨੂੰ। ਕੇਜਰੀਵਾਲ ਨੇ ਕਿਹਾ ਮੈਂ ਘਰ ਘਰ ਇੱਕ ਸਾਲ ਦੇ ਅੰਦਰ ਮੈਂ ਘਰ ਘਰ ਪੀਣ ਵਾਲਾ ਪਾਣੀ ਦਿੱਲੀ ਦੇ ਕੋਨੇ ਕੋਨੇ ਪਹੁੰਚਾਊਂਗਾ। ਅੱਜ 9 ਸਾਲ ਹੋ ਗਏ, 650 ਕਲੋਨੀਆਂ ਹੈ ਜਿੱਥੇ ਅੱਜ ਤੱਕ ਪਾਣੀ ਨਹੀਂ ਪਹੁੰਚਿਆ ਟੈਂਕਰਾਂ ਨਾਲ, ਉੱਥੇ ਅੱਜ ਵੀ ਪਾਣੀ ਪਹੁੰਚਾਇਆ ਜਾਂਦਾ। ਕਿੱਡਾ ਵੱਡਾ ਝੂਠੀ ਹੈ ਕੇਜਰੀਵਾਲ ਨੇ। ਸਭ ਤੋਂ ਪਹਿਲੇ ਜਦੋਂ ਲੜਾਈ ਸ਼ੁਰੂ ਹੋਈ, ਜਦੋਂ ਅੰਨਾ ਹਜ਼ਾਰੇ ਜੀ ਨੇ ਸੰਘਰਸ਼ ਸ਼ੁਰੂ ਕੀਤਾ, ਕਿਸ ਵਾਸਤੇ ਸੰਘਰਸ਼ ਸ਼ੁਰੂ ਕੀਤਾ? ਕਿ ਲੋਕਪਾਲ, ਇੱਕ ਆਜ਼ਾਦ ਲੋਕਪਾਲ ਬਣਨਾ ਚਾਹੀਦਾ ਕਰਪਸ਼ਨ ਦੂਰ ਕਰਨ ਨੂੰ। ਕੇਜਰੀਵਾਲ ਨੇ ਉੱਥੇ ਮੁਹਿੰਮ ਹੀ ਸ਼ੁਰੂ ਕੀਤੀ ਲੋਕਪਾਲ ਬਣਨਾ ਚਾਹੀਦਾ। ਮੈਂ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ, ਅੱਜ ਤੱਕ 10 ਸਾਲ ਹੋ ਗਏ, ਦਿੱਲੀ ਵਿੱਚ ਲੋਕਪਾਲ ਨਹੀਂ ਬਣਾਇਆ, ਹਾਲੇ ਤੱਕ ਨਹੀਂ ਬਣਾਇਆ। ਇਹ ਜਿਹਾ ਇਨਸਾਨ ਹੈ ਜਿਹੜਾ ਕਹਿੰਦਾ ਕੁਛ ਹੈ ਕਰਦਾ ਕੁਛ ਹੈ। ਕੇਜਰੀਵਾਲ ਨੇ ਆਹ ਹੁਣ ਕੋਵਿਡ ਦੀ ਹਾਲਾਤ ਦੇਖੋ, ਕਿਵੇਂ ਦਿੱਲੀ ਵਿੱਚ ਲੋਕਾਂ ਨੂੰ ਆਕਸੀਜਨ ਸੀ, ਬੈੱਡ ਹੈ ਨਹੀਂ ਸੀ। ਆਹ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਲੜਾਈ ਲੜੀ, ਪਰ ਕੇਜਰੀਵਾਲ ਨਹੀਂ ਦਿਖਾਈ ਦਿੱਤਾ। ਅਖੀਰ ਵਿੱਚ ਉਹਨੇ ਹੱਥ ਖੜੇ ਕਰਕੇ ਸੈਂਟਰ ਦੀ ਸਰਕਾਰ ਦੇ ਕੋਲ ਹੱਥ ਖੜੇ ਕਰ ਦਿੱਤੇ। ਪੰਜਾਬੀਆਂ ਨੂੰ ਮੈਂ ਪੁੱਛਣਾ ਚਾਹੁੰਦਾ, ਤੁਹਾਡੀ ਇੱਕੋ ਇੱਕ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਕੇਜਰੀਵਾਲ ਇੱਥੇ ਆਇਆ ਅਤੇ ਕਹਿਣ ਲੱਗਿਆ ਮੈਂ ਇੱਥੇ ਇੱਕ ਸਿੱਖ ਮੁੱਖ ਮੰਤਰੀ ਦਾ ਚਿਹਰਾ ਦਊਂਗਾ। ਮੈਂ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ, ਤੁਹਾਡੇ 4 ਜਾਂ 5 ਜਾਂ 6 MLA ਸਿੱਖ ਹੈ ਦਿੱਲੀ ਵਿੱਚ, ਇੱਕ ਮੰਤਰੀ ਨਹੀਂ ਬਣਾਇਆ ਤੁਸੀਂ, ਇੱਕ ਮੇਜਰ ਪੋਸਟ ਕਿਸੇ ਚੇਅਰਮੈਨ ਜਾਂ ਕੋਈ ਵੱਡੀ ਔਰਗਨਾਈਜੇਸ਼ਨ 'ਚ ਕਿਤੇ ਸਿੱਖ ਨੂੰ ਰੱਖਿਆ? ਝੂਠ ਤਾਂ ਜਿੰਨੇ ਮਰਜ਼ੀ ਬੋਲੀ ਜਾਓ, ਜਿੱਥੇ ਆਉਂਦੇ ਆ ਉੱਥੇ ਝੂਠ ਬੋਲ ਦਿੰਦੇ ਆ।